ਗਲੂਟਨ ਫ੍ਰੀ ਓਟਮੀਲ ਦੇ ਪਰੌਂਠੇ ਅਸੀਂ ਅਕਸਰ ਜਿਹੜਾ ਬਣਾਉਂਦੇ ਰਹਿੰਦੇ ਹਾਂ। ਸੋਚਿਆ ਕਿ ਅੱਜ ਜਿਹੜਾ ਤੁਹਾਡੇ ਨਾਲ ਵੀ ਇਹ ਰੈਸਪੀ ਜਿਹੜੀ ਸ਼ੇਅਰ ਕੀਤੀ ਜਾਵੇ। ਗੋਭੀ ਆਲੂ ਜਿਹੜੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਔਰਗੈਨਿਕ ਹੋਣ। ਯੂਜਲੀ ਮੇਰੀ ਜਿਹੜੀ ਫੇਵਰੇਟ ਆ ਉਹ ਬਰੋਕਲੀ ਆ ਰੈਦਰ ਦੈਨ ਗੋਭੀ, ਪਰ ਤੁਸੀਂ ਜਿਹੜਾ ਕੋਈ ਵੀ ਜਿਹੜੀ ਇਹਨਾਂ ਦੇ ਵਿੱਚ ਦੋਨਾਂ 'ਚ ਕੋਈ ਚੀਜ਼ ਇਸਤੇਮਾਲ ਕਰ ਸਕਦੇ ਹੋ। ਇਸ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਤੁਸੀਂ ਇਹਨੂੰ ਰੋਸਟ ਕਰਨਾ ਹੈਗਾ ਇਹਨੂੰ, ਸੋ ਦੈਟ ਕਿ ਥੋੜ੍ਹੇ ਜਿਹੇ ਹਲਕੇ ਜਿਹੇ ਗੋਲਡਨ ਬਰਾਊਨ ਹੋ ਜਾਣ। ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਤੁਸੀਂ ਥੋੜ੍ਹਾ ਕੁ ਚਿਰ ਬਾਹਰ ਰੱਖ ਕੇ ਠੰਡੇ ਕਰਨਾ ਥੋੜ੍ਹਾ ਜਿਹਾ, ਅਤੇ ਫਿਰ ਇਹਨੂੰ ਮਿਕਸੀ ਦੇ ਵਿੱਚ ਜਿਹੜਾ ਆ ਮਿਕਸ ਕਰ ਲੈਣਾ ਹੈਗਾ ਆ। ਤੁਸੀਂ ਇਹਦੇ ਵਿੱਚ ਬੇਸਣ 1 ਤੋਂ 2 ਚਮਚੇ ਜਿਹੜੇ ਆ ਉਹ ਪਾਉਣੇ ਹੁੰਦੇ ਆ, ਪਾਣੀ ਦੁਆਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸੀ ਦੇ ਵਿੱਚ ਹਿਲਾਉਣਾ ਆ ਜਿੰਨਾ ਚਿਕਰ ਇਹਦਾ ਕੋਈ ਥਿੱਕ ਬੈਟਰ ਜਿਹੜਾ ਉਹ ਨਾ ਬਣ ਜਾਵੇ। ਜਦੋਂ ਇਹ ਥਿੱਕ ਬੈਟਰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਉਸ ਸਮੇਂ ਇਹਨੂੰ ਕੱਢ ਕੇ ਤੁਸੀਂ ਵੱਡੇ ਭਾਂਡੇ ਦੇ ਵਿੱਚ ਜਿਹੜਾ ਇਹਨੂੰ ਪਾ ਲਓ, ਔਰ ਪਾ ਕੇ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਆ ਜਿਵੇਂ ਗੋਭੀ, ਆਲੂ, ਪਿਆਜ਼, ਹਰੀ ਮਿਰਚ, ਅਦਰਕ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ ਸੀ ਉਹ ਸਾਰੀਆਂ ਦੀ ਸਾਰੀਆਂ ਹੁਣ ਇਸ ਟਾਈਮ ਇਹਦੇ ਵਿੱਚ ਪਾ ਦੇਣੀਆਂ। ਆਪਣੇ ਸਵਾਦ ਦੇ ਅਨੁਸਾਰ ਇਸ ਟਾਈਮ ਤੁਸੀਂ ਕਿਸੇ ਤਰ੍ਹਾਂ ਦੇ ਮਸਾਲੇ ਜੇ ਤੁਸੀਂ ਐਡ ਕਰਨਾ ਚਾਹੁੰਦੇ ਹੋ ਤੁਸੀਂ ਉਹ ਥੋੜ੍ਹੇ ਥੋੜ੍ਹੇ ਮਸਾਲੇ ਇਹਦੇ ਵਿੱਚ ਪਾ ਸਕਦੇ ਹੈਗੇ ਹੋ, ਜਿੱਦਾਂ ਤੁਹਾਨੂੰ ਇੱਛਾ ਲੱਗਦੀ ਹੈਗੀ ਹੈ ਇਹਨੂੰ ਗਰਮ ਸਪਾਈਸੀ ਕਰਨਾ, ਹੌਟ ਕਰਨਾ। ਫਿਰ ਇਹ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਥੋੜ੍ਹਾ ਜਿਹਾ ਪਾਣੀ ਲੈ ਕੇ ਇਹਨੂੰ ਬੈਟਰ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ। ਅਸੀਂ ਇਹਦੇ ਵਿੱਚ ਕੋਕੋਨਟ ਓਇਲ ਇਸਤੇਮਾਲ ਕੀਤਾ ਪਰ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਇਹ ਨੌਨ ਸਟਿਕ ਪੈਨ ਹੈ, ਇਹਦੇ ਵਿੱਚ ਬਗੈਰ ਤੇਲ ਤੋਂ ਵੀ ਇਹ ਪਰੌਂਠੇ ਜਿਹੜੇ ਉਹ ਬਣ ਸਕਦੇ ਆ। ਬੈਟਰ ਨੂੰ ਇਸ ਤਰੀਕੇ ਦੇ ਨਾਲ ਪਾ ਕੇ ਇਹਨੂੰ ਹਿਲਾ ਲਓ ਦੋਨੋਂ ਪਾਸੇ ਗਰਮ ਕਰਕੇ, ਅਤੇ ਲਓ ਜੀ